મોદી સાહેબ સભામાં ગયા હતા? હા, मैं अहमदाबाद विच प्रधानमंत्री नरेंद्र मोदी का एक प्रोग्राम अटेंड किया सी। मैं उन्होंने मिली अते कहा कि जिवें हुण तुसीं इत्थे हो तां लोकां लई कुछ चंगा करो, जे कुछ करोगे तां मन जावांगी कि तुहाडे कीते कम्मां दा लोकां नूं कुछ फायदा मिलिया। उस कॉन्फ्रेंस रूम विच सीनियर अधिकारियों समेत कई लोग सन, हर किसी ने मेरे भाषण की तारीफ की। ਗੁਜਰਾਤ ਇਸ ਪਿੰਡ ਦੇ ਵਿੱਚ 95 ਸਾਲਾ ਇਹ ਮਹਿਲਾ ਸਰਪੰਚ ਹੱਥ ਦੇ ਵਿੱਚ ਸੋਟੀ ਫੜੀ ਧੁਰੀ ਜਾ ਰਹੇ ਨੇ ਤੇ ਪਿੰਡ ਦੇ ਵਿੱਚ ਹੋ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲੈ ਰਹੇ ਨੇ। ਪਿਛਲੇ ਸਾਲ ਹੋਈਆਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਇੱਕ 24 ਸਾਲਾ ਕੁੜੀ ਨੂੰ ਹਰਾਇਆ ਸੀ। ਗੋਮਤੀ ਬੇਨ ਇਸ ਉਮਰ ਦੇ ਵਿੱਚ ਉਹ ਸਭ ਕਰਦੇ ਨੇ ਜੋ ਕਿ ਨੌਜਵਾਨ ਕਰ ਸਕਦੇ ਨੇ। ਪਿੰਡ ਦੀ ਜ਼ਿੰਮੇਵਾਰੀ ਤੋਂ ਇਲਾਵਾ ਗੋਮਤੀ ਘਰ ਦੇ ਖੇਤਾਂ ਦਾ ਵੀ ਕੰਮ ਸੰਭਾਲਦੀ ਹੈ। ਇਹ ਸਰਪੰਚ ਪਿੰਡ ਦੇ ਹਰ ਘਰ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣਦੀ ਹੈ। ਪਿੰਡ ਵਾਸੀ ਚਾਹੁੰਦੇ ਸਨ ਕਿ ਮੇਰਾ ਵੱਡਾ ਮੁੰਡਾ ਚੋਣ ਲੜੇ, ਪਰ ਉਹ ਕਾਰੋਬਾਰ ਕਰਨਾ ਚਾਹੁੰਦਾ ਸੀ, ਚੋਣ ਨਹੀਂ ਲੜਨਾ ਚਾਹੁੰਦਾ ਸੀ। ਫਿਰ ਪਿੰਡ ਵਾਸੀਆਂ ਨੇ ਮੇਰਾ ਨਾਮ ਸੁਝਾਇਆ। ਮੇਰੇ ਪੁੱਤਰ ਨੇ ਕਿਹਾ ਵੀ ਕਿ ਮੇਰੀ ਮਾਂ ਤਾਂ ਅਨਪੜ੍ਹ ਹੈ, ਪਰ ਪਿੰਡ ਵਾਲਿਆਂ ਨੇ ਭਰੋਸਾ ਦਵਾਇਆ ਕਿ ਜੇਕਰ ਮੈਂ ਚੋਣ ਲੜਾਂਗੀ ਤਾਂ ਮੇਰਾ ਹਰ ਪਾਸਿਓਂ ਸਮਰਥਨ ਕਰਨਗੇ। ਫਿਰ ਮੈਂ ਮੰਨ ਗਈ ਅਤੇ ਚੋਣ ਲੜ ਕੇ ਜਿੱਤ ਗਈ। ਪਿੰਡ ਦੀਆਂ ਔਰਤਾਂ ਨੇ ਚੋਣ ਦੌਰਾਨ ਮੇਰਾ ਖੂਬ ਸਾਥ ਦਿੱਤਾ। ਪਿਪਲੀ ਪਿੰਡ ਦੀ ਆਬਾਦੀ 1472 ਹੈ ਅਤੇ ਇੱਥੇ 1045 ਵੋਟਰਸ ਨੇ। ਜੇਕਰ ਪੰਚਾਇਤ ਵੱਲੋਂ ਪਿੰਡ ਦੀ ਭਲਾਈ ਲਈ ਕੋਈ ਵੀ ਪ੍ਰਸਤਾਵ ਆਉਂਦਾ ਹੈ ਤਾਂ ਮੈਂ ਤੁਰੰਤ ਇਸ ਨੂੰ ਮਨਜ਼ੂਰੀ ਦੇ ਦਿੰਦੀ ਹਾਂ, ਕਿਉਂਕਿ ਇਸ ਨਾਲ ਪਿੰਡ ਦਾ ਵਿਕਾਸ ਹੀ ਹੋਵੇਗਾ। ਇਸ ਨਾਲ ਲੋਕਾਂ ਨੂੰ ਵੀ ਲੱਗੇਗਾ ਕਿ ਪਿੰਡ ਦੀ ਬਜ਼ੁਰਗ ਸਰਪੰਚ ਇੱਥੋਂ ਦੀ ਭਲਾਈ ਲਈ ਕੁਝ ਕਰ ਰਹੀ ਹੈ। ਸਰਪੰਚ ਬਣਨ ਤੋਂ ਬਾਅਦ ਗੋਮਤੀ ਬੇਨ ਨੇ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਦੂਰ ਕੀਤੀ ਹੈ, ਪੀਣ ਵਾਲੇ ਪਾਣੀ ਦੀ ਸਮੱਸਿਆ। ਪਿੰਡ ਵਾਲਿਆਂ ਨੂੰ ਆਸ ਹੈ ਕਿ ਸਮੱਸਿਆ ਦੀ ਤਰ੍ਹਾਂ ਗੋਮਤੀ ਬੇਨ ਪਿੰਡ ਦੀਆਂ ਬਾਕੀ ਮੁਸ਼ਕਿਲਾਂ ਦਾ ਵੀ ਛੇਤੀ ਹੀ ਹੱਲ ਕੱਢ ਦੇਣਗੇ। ਮੈਨੂੰ ਅਧਿਕਾਰੀਆਂ ਵੱਲੋਂ ਵੀ ਪੂਰਾ ਸਮਰਥਨ ਮਿਲਦਾ ਹੈ। ਇੱਕ ਸਰਪੰਚ ਦੇ ਤੌਰ 'ਤੇ ਮੈਂ ਹਮੇਸ਼ਾ ਅਧਿਕਾਰੀਆਂ ਨੂੰ ਪਿੰਡ ਦੇ ਵਿਕਾਸ ਲਈ ਉਤਸ਼ਾਹਿਤ ਕਰਦੀ ਹਾਂ। ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਬਹੁਤ ਵਾਰ ਤੁਹਾਨੂੰ ਆਪਣਾ ਰਵੱਈਆ ਸਖ਼ਤ ਵੀ ਰੱਖਣਾ ਪੈਂਦਾ ਅਤੇ ਕਈ ਵਾਰ ਨਿੱਘੇ ਵੀ ਹੋਣਾ ਪੈਂਦਾ। ਕਈ ਮੌਕਿਆਂ 'ਤੇ ਤੁਹਾਨੂੰ ਬਹੁਤ ਪਿਆਰ ਨਾਲ ਗੱਲਬਾਤ ਕਰਨੀ ਪੈਂਦੀ ਹੈ। ਮੇਰਾ ਇੱਕ ਬਗੀਚਾ ਹੈ ਜਿੱਥੇ ਮੈਂ ਰੋਜ਼ਾਨਾ ਕੰਮ ਕਰਦੀ ਹਾਂ। ਜੇ ਮੈਂ ਕੰਮ ਨਹੀਂ ਕਰਾਂਗੀ ਤਾਂ ਢਿੱਡ ਕਿੱਥੋਂ ਭਰਾਂਗੀ? ਮੈਨੂੰ ਕੌਣ ਰੋਟੀ ਦੇਵੇਗਾ? ਪਿੰਡ ਵਾਲਿਆਂ ਦੇ ਨਾਲ ਨਾਲ ਇੱਥੋਂ ਦੇ ਸੰਬੰਧਿਤ ਮੰਤਰੀ ਵੀ ਗੋਮਤੀ ਬੇਨ ਦੇ ਕੰਮ ਤੋਂ ਕਾਫ਼ੀ ਪ੍ਰਭਾਵਿਤ ਨੇ। ਉਹਨਾਂ ਦਾ ਕਹਿਣਾ ਹੈ ਕਿ ਗੋਮਤੀ ਬੇਨ ਪਿੰਡ ਦੀ ਭਲਾਈ ਦੇ ਲਈ ਲਗਾਤਾਰ ਕੰਮ ਕਰ ਰਹੇ ਨੇ। ਉਹ ਰੋਜ਼ਾਨਾ ਬੈਠਕਾਂ ਕਰਦੇ ਨੇ। ਪਿੰਡ ਵਾਲਿਆਂ ਨੂੰ ਗੋਮਤੀ ਬੇਨ ਦੇ ਕੰਮ ਕਰਨ ਦੇ ਜਜ਼ਬੇ ਨੂੰ ਲੈ ਕੇ ਕੋਈ ਵੀ ਸ਼ੱਕ ਨਹੀਂ ਹੈ। ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਅਗਲੇ 5 ਸਾਲਾਂ ਦੇ ਵਿੱਚ ਪਿਪਲੀ ਪਿੰਡ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਜਾਵੇਗੀ। ਗੁਜਰਾਤ ਦੀ ਤਰ੍ਹਾਂ ਹੋਰ ਵੀ ਕਈ ਸੂਬਿਆਂ ਦੇ ਵਿੱਚ ਮਹਿਲਾ ਸਰਪੰਚ ਦੀਆਂ ਸੀਟਾਂ ਰਿਜ਼ਰਵ ਨੇ। ਇਹਨਾਂ ਸੀਟਾਂ 'ਤੇ ਔਰਤਾਂ ਜਿੱਤ ਤਾਂ ਜਾਂਦੀਆਂ ਨੇ, ਪਰ ਕਈ ਥਾਵਾਂ 'ਤੇ ਅਜਿਹਾ ਦੇਖਣ ਨੂੰ ਮਿਲਿਆ ਕਿ ਇਹਨਾਂ ਮਹਿਲਾ ਸਰਪੰਚ ਦਾ ਕੰਮ ਉਹਨਾਂ ਦੇ ਪਤੀ ਜਾਂ ਫਿਰ ਪਰਿਵਾਰ ਦੇ ਹੋਰ ਮਰਦ ਸੰਭਾਲਦੇ ਨੇ, ਜਿਨ੍ਹਾਂ ਨੂੰ ਸਰਪੰਚ ਪਤੀ ਵੀ ਕਿਹਾ ਜਾਂਦਾ। ਅਹਿਮਦਾਬਾਦ ਦੇ ਵਿੱਚ ਇਹਨਾਂ ਸਰਪੰਚਾਂ ਬਾਰੇ ਗੱਲ ਕਰਦਿਆਂ PM ਮੋਦੀ ਨੇ ਕਿਹਾ ਕਿ ਸਾਨੂੰ ਅਜਿਹੇ ਸਰਪੰਚ ਪਤੀ ਨਹੀਂ ਚਾਹੀਦੇ।